ਬੀਬਾ ਜਸਪਾਲ ਜੱਸੀ ਵੱਲ ਦੇਖ ਦੇਖ ਉਹ ਪਿਛਲੇ ਬਾਈ ਕਾਫੀ ਚਿਰ ਦੀ ਫਰਮਾਇਸ਼ ਕਰੀ ਜਾਂਦੇ ਸੀ ਕਿ ਬਾਈ ਜੀ ਦੁਗਾਣਾ ਲਾ ਦਿਓ। ਹਾਂਜੀ ਪੇਸ਼ ਕਰਨ ਲੱਗਿਆ ਦੁਗਾਣਾ। ਦੁਗਾਣਾ ਕੀ ਹੈ? ਜੀਜਾ ਸਾਲੀ ਦਾ ਕਿਸੇ ਨੇ ਆਖਿਆ, ਕਹਿੰਦਾ ਸਭ ਤੋਂ ਪਿਆਰਾ ਰਿਸ਼ਤਾ ਜਗਤੇ ਕਹਿੰਦੇ ਜੀਜਾ ਸਾਲੀ। ਗੱਲ ਕੀ ਹੈ? ਸਹੁਰਾ ਪਰਿਵਾਰ ਉਹ ਕਾਕੇ ਨੂੰ ਜ਼ੋਰ ਪਾਉਂਦਾ, ਕਹਿੰਦਾ ਵੀ ਆਪਣੀ ਗੁੱਡੀ ਹੋ ਗਈ ਜਵਾਨ, ਇਹਦੇ ਬਾਰੇ ਕੋਈ ਰਿਸ਼ਤਾ ਕੋਈ ਵਰ ਕੋਈ ਕਾਕਾ ਲੱਭ, ਵਧੀਆ ਥਾਂ ਚੰਗੀ ਪੋਸਟ 'ਤੇ ਲੱਗਿਆ ਹੋਵੇ। ਗੱਲਬਾਤ ਚੱਲਦੀ ਹੈ, ਕੋਲੇ ਸਾਲੀ ਆ ਕੇ ਖੜ ਜਾਂਦੇ। ਜੀਜਾ ਜੀ ਕਹਿੰਦਾ ਕਿਹਦੇ ਰਿਸ਼ਤੇ ਦੀ ਗੱਲ ਕਰਦੇ ਹੋ? ਕਹਿੰਦਾ ਤੇਰੇ ਰਿਸ਼ਤੇ ਦੀ। ਉਹ ਕਹਿੰਦੀ ਨਾ ਨੁੱਕਰ ਜੀ ਕਰਦੀ ਹੈ, ਕਹਿੰਦਾ ਵੀ ਕਾਕਾ ਤਾਂ ਲੱਭ ਲਈ, ਵਿਆਹ ਜਿੱਥੇ ਮਰਜ਼ੀ ਕਰਾ ਲਈ। ਹੁਣ ਸਾਲੀ ਪੁੱਛਦੀ ਹੈ ਅਤੇ ਜੀਜਾ ਦੱਸਦਾ ਅਲੱਗ ਅਲੱਗ ਮਹਿਕਮੇ ਗਿਣਦੇ ਆ, ਵੇਖੋ ਸਾਲੀ ਨੂੰ ਕਿਹੜਾ ਮਹਿਕਮਾ ਪਸੰਦ ਆਉਂਦਾ, ਕਿੱਥੇ ਪੈਂਦੀ ਆ ਮੁਦਰੀ ਅਤੇ ਕਿੱਥੇ ਹੁੰਦੀ ਆ ਵਿਚੋਲਗਿਰੀ, ਕਿੱਥੇ ਅੜਦੇ ਕੁੰਡੀ ਤਿਆਰ ਦੇਣਾ। ਜੀਜਾ ਸਾਲੀ ਦਾ ਰਿਸ਼ਤਾ ਕਰਾਉਂਦਾ 1 2 3 ਜਮਾਤਾਂ ਦਾ ਪੜਿਆ, 2 ਸਾਲ ਡਿਪਲੋਮਾ ਉਹਨੇ ਕਰਿਆ, 2 ਸਾਲ ਡਿਪਲੋਮਾ ਉਹਨੇ ਕਰਿਆ। ਇਸ ਗੱਲ ਦਾ ਝੂਠ ਨਾਰਾਈ, ਗੱਲ ਦਾ ਝੂਠ ਨਾਰਾਈ ਨੀ ਜਿਹੜੀ ਤੈਨੂੰ ਕਹਿਣ ਲੱਗਿਆ। ਤੈਨੂੰ ਰਿਸ਼ਤਾ ਕਰਾਵਾਂ ਪਿੰਡੋਂ ਸਾਲੀਏ ਨੀ ਮੁੰਡਾ ਲੈਣ ਮੈਂ ਲੱਗਿਆ, ਨੀ ਮੁੰਡਾ ਲੈਣ ਮੈਂ ਲੱਗਿਆ, ਨੀ ਮੁੰਡਾ SDO ਬਣ ਜੂ। ਨਾ ਪੁਲਿਸ ਵਾਲੇ ਮਾੜੇ, ਨਾ ਬਿਜਲੀ ਵਾਲੇ ਮਾੜੇ, ਅੱਗੇ ਪੀਤੀ ਬਿਨਾਂ ਬਿਜਲੀ ਵਾਲੇ ਨਹੀਂ ਸਾਰਦੇ, ਅੱਗੇ ਸ਼ਰਾਬ ਪੁਲਿਸ ਵੀ ਪੀਂਦੀ ਹੈ। ਉਹ ਅੱਜ ਕੱਲ੍ਹ ਸਾਰਦਾ ਕੌਣ ਹੈ? ਰੇਹਾਂ ਸਪਰੇਆਂ ਵਾਲੀ ਕਣਕਾਂ ਜਿੰਨਾ ਚਿਕਰ ਅੱਧੀਆਂ ਨਾ ਲਾਈ, ਉਹਨੂੰ ਇੱਕ ਰੋਟੀ ਨਹੀਂ ਹਾਜ਼ਮ ਆਉਂਦੀ। ਮੇਰਾ ਖਿਆਲ ਹੈ ਤੈਨੂੰ ਸ਼ਰਾਬ ਤੋਂ ਬਹੁਤ ਹੀ ਜ਼ਿਆਦਾ ਨਫ਼ਰਤ ਹੈ। ਹੈਂ ਫਿਰ ਕਿਹੜਾ ਲੱਭੀ ਹੈ ਵੈਸ਼ਨੂੰ ਤੈਨੂੰ? ਹੈਗਾ ਸਾਡੇ ਕੋਲ ਹੈਗਾ, ਵੈਸੇ ਕੱਲ੍ਹ ਪਰਸੋਂ ਕਾਕਾ ਬਣਿਆ, ਉਹ ਤਾਂ ਦਾੜੀ ਚਿੱਟੀ ਸੀ। ਆਹ ਦੇਖ ਮੁੰਡਾ ਕਿੰਨਾ ਸੋਹਣਾ, 16ਵਾਂ ਸਾਲ ਲੱਗਾ ਰਿਹਾ। ਗੱਲ ਸੁਣ, ਸਾਲ ਤਾਂ 16ਵਾਂ ਹੀ ਲੱਗਿਆ, ਇਹ ਗੱਲ ਵੱਖਰੀ ਆ ਵੀ 3ਜੀ ਵਾਰੀ ਤੇਰੇ ਬਿਜਲੀ ਵਾਲੇ ਵੀ ਨਹੀਂ ਬੈਠੇ ਅਤੇ ਪੁਲਿਸ ਵਾਲੇ ਵੀ ਨਹੀਂ। ਇਹਨਾਂ ਨੂੰ ਜਵਾਬ ਥੋੜ੍ਹਾ ਜਿਹਾ ਹਿਸਾਬ ਨਾਲ ਦੇਈਦਾ, ਨਹੀਂ ਸਾਈ ਰਾਤ ਇੱਕ ਪਾਸੇ ਹੀ ਕੁੱਟੀ ਜਾਂਦਾ। ਤੂੰ ਛੱਡ ਪਰੇ, ਤੇਰਾ ਮੇਰੇ ਬਾਰੇ ਕੀ ਖਿਆਲ ਹੈ? ਤੂੰ ਅਮਲੀ ਬੰਦਾ, ਤੂੰ ਵਿਆਹ ਕਰਾ ਕੇ ਪਹਿਲਾਂ ਕੀ ਲੈਣਾ? ਕਰਨਾ ਕੀ ਸੀ, ਆਹੀ ਬਸ 10-12 ਜਵਾਕ ਜੇ ਹੋ ਜਾਂਦੇ ਜੱਗ ਤਸੀਰ ਜਾ ਪੈ ਜਾਂਦਾ। ਛਾਲ ਮਾਰ ਕੇ ਮਰ ਜਾ, ਕਿਸੇ ਮਹਾਤੜ ਦੇ ਕੰਮ ਨਾ ਆਈ। ਉਹ ਗੱਲ ਸੁਣ, ਉਹ ਪੁਲਿਸ ਵਾਲੇ ਵਧੀਆ ਸੀ, ਤਰੱਕੀ ਬਹੁਤ ਸੀ, ਘੱਟੋ ਘੱਟ SP ਰਿਟਾਇਰ ਦਾ ਮਨ ਜਾ ਇੱਕ ਵਾਰੀ ਫਿਰ ਵਜਾ ਜੀ 1 2 3 4 ਕੋਈ ਮੰਦ ਚੰਗਨੀ ਨਿਤ ਪੇ ਦੇ ਦੁਕਾਨਾਂ ਵਾਲੇ ਆਸਣ ਉਸਨੂੰ ਦਸਹਿਰੀ ਅੰਬਨੀ ਹਰੀ ਸਬਜ਼ੀ
ਵਾਲਾ ਪਿੰਡ ਛੜੀ ਆਖਿਆ ਕਰੂ ਸਾਰੇ ਜਵਾਕ ਭੂਆ ਭੂਆ ਕਰਿਆ ਕਰਦੇ ਤੈਨੂੰ ਦੱਸਾਂ ਗੱਲ ਹਾਂ ਮੰਨ ਜਾ ਫੇਰ ਤਾਂ ਮੌਜ ਹੈ ਇਹਨੂੰ ਭੂਆ ਭੂਆ ਕਰਿਆ ਕਰਨਗੇ ਇਹਨਾਂ ਦੇ ਪਿੰਡ ਤੋਂ ਉੱਪੜਦਾ ਮੈਂ ਧੱਕੇ ਨਾਲ ਹੀ ਭੂਆ ਲੈ ਬਾਹਰ ਮੂਰਦੀ ਨਿੱਤ ਲੰਘਦਾ ਏ ਤੁਹਾਡੇ ਪਿੰਡ ਵਿੱਚ ਜੀ ਨੀ ਇਹਦੇ ਬਾਰੇ ਦੱਸ ਸੋਚ ਕੇ ਮੌਜ ਬਣ ਚੂ ਲਗਾਨੇ ਹੁਣ ਜਾਣਦੀ ਨੀ ਬੈਜਾ ਕਰੀ ਤਾਕੀ ਕੋਲ ਕੇ ਬੈਜਾ ਕਰੀ ਨਾਲ ਸੋਚ ਕੇ ਬੈਜਾ ਕਰੀ ਬਿਨ ਟਿਕ ਤੋਂ